मौजूदा सरकार सी जिहड़ी इह कहिंदी सी वी एक महीने दे विच नशे ते नत पाई जाऊगी। अज साल तो वध दा समां हो गया जिहड़ा नशे ते नत नहीं पई। ਇਹ ਨਸ਼ਾ ਸਿਰਫ ਇਸੇ ਵਾਸਤੇ ਕੱਢਿਆ ਗਿਆ ਹੈ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਖਤਮ ਕਰਨ ਵਾਸਤੇ। ਅਗਰ ਜੇ ਸਾਡੀ ਨੌਜਵਾਨ ਪੀੜ੍ਹੀ ਖਤਮ ਹੋ ਜਾਂਦੀ ਹੈ ਤਾਂ ਅੱਜ ਕੱਲ ਜਿਹੜੀ ਸਿਆਸੀ ਲੀਡਰ ਨੇ ਉਹਨਾਂ ਦੇ ਅੱਗੇ ਕੋਈ ਬੋਲਣ ਵਾਲਾ ਨਾ ਰਹੇ। ਨਸ਼ੇ ਸਾਰੇ ਘੱਟ ਨੇ ਪਰ ਸਾਨੂੰ ਇਹ ਮਹਿਸੂਸ ਹੋ ਰਿਹਾ ਵੀ ਸਰਕਾਰ ਦੀ ਮਿਲੀ ਭੁਗਤੀ ਹੈ। देखो नशे का कारोबार बंद होने नहीं आ रहा, प्रशासन भी वड्डे वड्डे दावे करता, तुहाडा की कहना जी? असीं अज भारतीय किसान यूनियन एकता ग्राहां वल्लों जिहड़ी कि पहलां भी कई मुहिमां चलियां ने पिछलियां सरकारां ने जिथों नशा शुरू होया सी, पर मौजूदा सरकार सी जिहड़ी इह कहिंदी सी वी एक महीने दे विच नशे ते नत पाई जाऊगी। अज साल तो वध दा समां हो गया जिहड़ा नशे ते नत नहीं पई। इस करके पिंडां दे विच पहलां भी कमेटियां बणियां सी पर साडी जथेबंदी ने भारतीय किसान यूनियन एकता उग्राहण है जिवें लोकां दी आवाज़ निकली है। अज घर घर तो लोग पीड़ित ने नशे तो चुल्हियां तक नशा पहुँच गया है। इस करके असीं अज तहैया कीता है कि अपनी आवाज़ नूं चुल्हे चुल्हे तक, घर घर तक, पिंड पिंड तक, शहर शहर तक पहुँचा के ये नशे के खिलाफ एक मुहिम चलावांगे जिहड़ी वो एक लहर बन जाएगी। जदों लहर बन गई लहर दे अगे जिहड़े ने सरकारां ने जां कोई भी ने वो झुकदे ने। इस करके असीं ये लहर नूं एडा मजबूत करांगे तां जो जिहड़ा नशियां दा हड़ वग रिहा पंजाब दे विच उस नूं ठल पाई जावे। धन्नवाद सर। देखो पहला नशे होंदे सी फीम पोस्ट तां भुक्की बरे, पर अजकल की मैडिकल नशे बड़े वध चुके ने, इहदे बारे की कहना तुहाडा? ਵੀਰ ਜੀ ਭਾਵੇਂ ਭੁੱਕੀ ਸ਼ਰਾਬ ਫੀਮ ਸਾਰੇ ਨਸ਼ੇ ਸਨ ਪਰ ਜਿਹੜੀ ਅੱਜ ਇਹ ਸਮੈਕ ਹੈ ਜਿਹੜੀ ਅੱਜ ਵਾਲੇ ਚਿੱਟੇ ਨੇ ਇਹ ਇਸੇ ਫੀਮ 'ਚੋਂ ਹੀ ਪੈਦਾਵਾਰ ਹੋਏ ਨੇ। ਇਹਨਾਂ ਫੀਮ 'ਤੇ ਅਸਰ ਕਦੀ ਐਸਾ ਹੋਇਆ ਸੀ ਕਿ ਫੀਮ ਦੇ ਵਿੱਚੋਂ ਉਹਨਾਂ ਨਸ਼ਾ ਕੱਢ ਕੇ ਇਸ ਨੂੰ ਸਮੈਕ ਚਿੱਟਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਜਿਹੜਾ ਅੱਜ ਇਹ ਚਿੱਟਾ ਹੈ ਜਦੋਂ ਕੋਈ ਲੋਕੀ ਫੀਮ ਖਾਂਦੇ ਸਨ ਜਾਂ ਸ਼ਰਾਬ ਪੀਂਦੇ ਹਨ ਜਾਂ ਭੁੱਕੀ ਖਾਂਦੇ ਹਨ ਉਹਦੇ 'ਚ ਕਦੀ ਕੋਈ ਕਿਸਾਨ ਦਾ ਪੁੱਤਰ ਮਰਿਆ ਨਹੀਂ ਸੀ ਔਰ ਨਾ ਹੀ ਕਦੀ ਇੰਨਾ ਨੁਕਸਾਨ ਹੋਇਆ। ਉਹ ਲਗਾਤਾਰ ਜੇ ਫੀਮ ਖਾਂਦੇ ਸਨ ਅਤੇ ਫੀਮ ਖਾ ਕੇ ਕੁਛ ਮਿਹਨਤ ਵੀ ਕਰਦੇ ਹਨ, ਕੁਛ ਕਮਾਈਆਂ ਵੀ ਕਰਦੇ ਹਨ, ਰਾਤ ਦਿਨ ਨੂੰ ਮਿਹਨਤ ਕਰਦੇ ਹਨ। ਅੱਜ ਇੱਕ ਐਸਾ ਨਸ਼ਾ ਆ ਗਿਆ ਜਿਹੜਾ ਨਸ਼ਾ ਪੀ ਕੇ ਕਿਸੇ ਨੂੰ ਸੁਰਤੀ ਨਹੀਂ ਰਹਿੰਦੀ ਔਰ ਉਹ ਸੁਰਤ ਮਾਰੀ ਹੋਈ ਨਾਲ ਚਾਹੇ ਉਹ ਆਪਣੇ ਬੱਚੇ ਮਾਰਦਾ, ਚਾਹੇ ਉਹ ਆਪਣੇ ਮਾਤਾ ਪਿਤਾ ਨੂੰ ਮਾਰਦਾ, ਚਾਹੇ ਉਹਨੂੰ ਕੁਛ ਨਹੀਂ ਦਿਸਦਾ ਜਿਵੇਂ ਅੰਨਾ ਬੋਲਾ ਹੋ ਜਾਂਦਾ। ਐਡਾ ਵੱਡਾ ਭਿਆਨਕ ਨਸ਼ਾ ਇਹ ਕੱਢਿਆ ਗਿਆ ਹੈ। ਇਹ ਨਸ਼ਾ ਸਿਰਫ ਇਸੇ ਵਾਸਤੇ ਕੱਢਿਆ ਗਿਆ ਹੈ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਖਤਮ ਕਰਨ ਵਾਸਤੇ। ਅਗਰ ਜੇ ਸਾਡੀ ਨੌਜਵਾਨ ਪੀੜ੍ਹੀ ਖਤਮ ਹੋ ਜਾਂਦੀ ਹੈ ਤਾਂ ਅੱਜ ਕੱਲ੍ਹ ਜਿਹੜੀ ਸਿਆਸੀ ਲੀਡਰ ਨੇ ਉਹਨਾਂ ਦੇ ਅੱਗੇ ਕੋਈ ਬੋਲਣ ਵਾਲਾ ਨਾ ਰਹੇ, ਨਾ ਕੋਈ ਉਹਨਾਂ ਦੇ ਆਵਾਜ਼ ਚੁੱਕਣ ਵਾਲਾ ਹੈ। ਜਿਸ ਤਰ੍ਹਾਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਂ ਨੇ ਇੱਕ ਇਹ ਵੱਡਾ ਮਹਿਮ ਚਲਾਈ ਹੈ, ਉਸ ਮਹਿਮ ਦੇ ਵਿੱਚ ਅੱਜ ਜਿਵੇਂ ਸਾਰੀਆਂ ਕਮੇਟੀਆਂ, ਅਗਰ ਕਮੇਟੀਆਂ ਜਾਂ ਸਾਰੀਆਂ ਜਥੇਬੰਦੀਆਂ ਇਹ ਸਾਰੀਆਂ ਰਲ ਕੇ ਇੱਕ ਹੰਭਲਾ ਮਾਰਨਗੀਆਂ, ਇੱਕ ਵੱਡੀ ਲਹਿਰ ਬਣ ਕੇ ਉਸ ਲਹਿਰ ਦੇ ਜਿਸ ਤਰ੍ਹਾਂ ਕਿ ਕਾਲੇ ਕਾਨੂੰਨ ਦਾ ਸਾਰਾ ਰੱਦ ਕਰਾਏ ਨੇ, ਇਸ ਦਾ ਵੀ ਹੋ ਸਕਦਾ ਕਿ ਅਸੀਂ ਨਹੀਂ ਵੀ ਇਹ ਚੀਜ਼ ਖਤਮ ਨਹੀਂ ਹੋ ਸਕਦੀ, ਪਰ ਜੇ ਅਸੀਂ ਤੁਹਾਡੇ ਮਾਧਿਅਮ 'ਤੇ ਤੁਹਾਡੇ ਵੀਰਾਂ ਦੀ ਰਾਹੀਂ ਤੁਹਾਡੇ ਤੋਂ ਹੀ ਸਾਰੀ ਦੁਨੀਆ ਨੂੰ ਪਤਾ ਲੱਗਣਾ ਹੈ ਕਿ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਜਿਹੜੀ ਤੁਸੀਂ ਸਾਡੀ ਗੱਲ, ਅਸੀਂ ਭਾਵੇਂ ਕੋਸ਼ਿਸ਼ ਕਰਦੇ ਹਾਂ ਵੀ ਤੁਸੀਂ ਸਾਡੀ ਗੱਲ ਘਰ ਘਰ ਪਹੁੰਚਾਉਣੀ ਹੈ, ਉਸ ਗੱਲ ਦੀ ਪਹੁੰਚਿਆ ਸਦਕਾ ਅਗਰ ਸਾਰੀ ਦੁਨੀਆ ਜਾਗਰੂਕ ਹੋ ਜਾਂਦੀ ਹੈ, ਸਾਡੇ ਭੈਣ ਭਰਾ ਬੱਚੇ ਸਾਡੀਆਂ ਮਾਤਾ ਭੈਣਾਂ ਸਾਰੇ ਜਾਗਰੂਕ ਹੋ ਜਾਂਦੇ ਨੇ ਕਿ ਇਹ ਮਹਿਮ ਇੱਕ ਬੜੀ ਵੱਡੀ ਹੈ, ਤਾਂ ਇਹ ਸਾਰੇ ਰਲ ਮਿਲ ਕੇ ਜੰਗ ਅਸੀਂ ਜਿੱਤ ਸਕਦੇ ਹਾਂ। ਇਹ ਕੋਈ ਸਾਡੇ ਵਾਸਤੇ ਔਖਾ ਨਹੀਂ, ਜਦੋਂ ਲਹਿਰਾਂ ਖੜੀਆਂ ਹੋ ਜਾਂਦੀਆਂ ਨੇ ਉਹਨਾਂ ਲਹਿਰਾਂ ਦੀ ਰੁਕਾਵਟ ਵਾਸਤੇ ਵੀ ਬੜਾ ਕੋਈ ਸਾਡੇ ਨਾਲ ਹੁੰਦਾ, ਸਾਡੇ ਕੋਲ ਸੰਗਠਨ ਵੀ ਹੁੰਦੇ। ਅਗਰ ਜਿਵੇਂ ਕਿਸੇ ਇਕੱਲੇ ਇਕੱਲੇ ਵੀਰ ਨੇ ਇਸ ਲਹਿਰ ਨੂੰ ਹੱਥ ਪਾਇਆ ਤਾਂ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਢੱਕਿਆ ਗਿਆ। ਹੁਣ ਇਸ ਕਰਕੇ ਅਸੀਂ ਹੱਥ ਬਣ ਕੇ ਸਾਰੀ ਦੁਨੀਆ ਅੱਗੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਭੈਣ ਭਰਾਵਾਂ ਨੂੰ ਅਰਦਾਸ ਵੀ ਕਰਦੇ ਹਾਂ, ਬੇਨਤੀ ਵੀ ਕਰਦੇ ਹਾਂ, ਹੱਥ ਜੋੜ ਕਹਿੰਦੇ ਹਾਂ ਵੀ ਇਸ ਲਹਿਰ ਦਾ ਹਿੱਸਾ ਬਣੋ ਅਤੇ ਸਾਡਾ ਸਾਰੇ ਰਲ ਮਿਲ ਕੇ ਸਾਥ ਦਿਓ ਕਿਉਂਕਿ ਇਸ ਨੂੰ ਅਸੀਂ ਸਿਰੇ ਚਲਾ ਸਕੀਏ, ਇਹ ਕੋੜ ਅਸੀਂ ਪੰਜਾਬ ਤੋਂ ਕੱਢ ਸਕੀਏ ਅਤੇ ਆਪਣੀ ਨੌਜਵਾਨੀ ਬੱਚਿਆਂ ਨੂੰ ਆਪਣੇ ਭਵਿੱਖ ਨੂੰ ਬਚਾ ਸਕੀਏ। ਧੰਨਵਾਦ ਸਰ। ਨਸ਼ਾ ਛੱਡਣ ਵਾਲੀਆਂ ਕਈ ਗੋਲੀਆਂ ਲੈ ਰਹੇ ਨੇ ਮੈਡੀਕਲ ਵਿੱਚ ਜਾ ਕੇ ਜਾਂ ਹਸਪਤਾਲ, ਸਰਕਾਰੀ ਹਸਪਤਾਲਾਂ 'ਚ ਜਾ ਕੇ, ਪ੍ਰਾਈਵੇਟ ਹਸਪਤਾਲ ਵੀ ਖੋਲ੍ਹ ਚੁੱਕੇ ਨੇ।
पर कई बच्चे उन्होंने घोल के अभी नशा के लगा देने तो उन्होंने मौत हो जाती है। तहू नहीं लगता कि जो जी गोलियां ने भी घातक ने? नशे सारे घातक ने, पर सू महसूस हो रहा भी सरकार की मिली भुगती है क्योंकि मेडिकल से इन्होंने कोई उनकी छापेमारी नहीं, पर जिन्हें मर्जी नशा चली जाता है या नशे बारे कोई लोग फड़ी लेने सानू कुछ प्रशासन का नहीं पता लगता। वो बार बार कहते जी उन्होंने कटापा माड़ा मोटा करते दुखी दुखी हो गए, वो कहते सानू थाने दे दो, पर सानू समझ नहीं आती सानू इन्हें सुरक्षा की बजाय साढ़े जो बंदे थोपे गए हैं। ये सरकार सारिया चलिया हुई ने साडे जथेबंदी ने पहले फैसला ग्राम साहब ने कहा भी सरकार से ना करो अपनी राखी आप करो, असं अपनी राखी की पर लगातार इस खड्डे से कल का अभी मतलब ये प्रोग्राम तय किए हैं, कल जलावाद मार्च किया है, अज गुरु साहब की तैयारी करवा के अभी गुरु साहब की तैयारी में मतलब लगातार साडे साथी चल रहे हैं। लोगों ने जगा रहे जो लोग अजे वेसले है, मैं थोड़े वीर माध्यम के लोगों को कहना भी जागो, ये घर च बैठा नहीं सरना भी, ये ना कहो भी श्री मतलब जी रैली कढ़ रहे हैं इनका मतलब की है, साडा मतलब है सारे जगा 6 तरीक न साड़ी उगरावा जथेबंदी वालों सारे पंजाब के डीसी दफ्तर सामने धरने हैं, उन्होंने मंग पत्र देने ताकि सरकार की मतलब थोड़ी करते पूरी फटके इस तो बाद जो प्रोग्राम साड़ी जथेबंदी ने देखा अभी तन मन तन बिना मतलब अपने आराम तो पूरे जोश शोर असी तय करा कि नशे का घोट वढ़ के रहा जो कि साड़ी जवानी बचाने बहुत जरूरी है। ये सरकार का जवानी साड़ी नकमी करन खड़ी जाने क्योंकि इन्होंने आपो अपने ढंग ने वोटा के मसले है, चाहे पहला अकाली कांग्रेस मतलब सरकार फेल हुई है, ये सरकार भी वादे करती रही पहले लोगों ने बड़े जोर शोर 92 सीटा दिखाई कहते अभी 10 दिन खत्म कर देंगे, पर समझ इन्हें आँधी भी अजे तक 1.5 साल हो गया तो नशा उस तो ही वध गया, पर अभी ये बर्दाश्त नहीं करा। हर शिकर से जी जो सर अज गुरुवर साहब पहुंचे हो की कारण है जी? सरकार जो भारतीय जनता एकता ग्राहकों नशे के विरुद्ध कार्रवाई की हैगी जल तक लहर फैलाउण दे लई असीं समुचे ब्लाक के पिंडां दे विच प्रचार करते हुए लोगों नामकरण करते हुए अज गुरु साहब पहुंचे हाँ ता जो कि जिहड़ी नशे का जिहड़ा व्यापार है बड़ा वड्डा कारोबार है जिहड़ा वो साडे अज समुचे पंजाब दे साडे जिलिआं तक पहुँच गया उस नशे नूं ठल पाउण दे लई साडी सरकार योग जथेबंदी भारतीय किसान यूनियन एकता ग्राहां वालों एक जनतक लहर छेड़न का जिहड़ा प्रोग्राम कर रहा है उस लड़ी के तहत अच्छ असी इतने जिहड़ा गुरु साहिब विखे पहुंचे। की मंगा ने तुहाड़ियां सरकार प्रति? देखो सरकार प्रति मंग तो साडा इको मुद्दा इस विषय से है, साडी सरकार ने जथेबंदी दी किसानां प्रति बहुत मंगा ने साडियां, पर अज जिहड़ा साडा मकसद हैगा वो सिर्फ इको मुद्दे ते हैगा कि जिहड़ा समुचे पंजाब दे विच नशे का जिहड़ा कालो काला कारोबार सरकारां ते पुलिस प्रशासन ते नाल दी नाल जिहड़े वड्डे नशा तस्कर हन ते सरकारां दी अणगहिली करके जिहड़ा इह चल रिहा उहनूं रोकणा। साडे नाल किसान जथेबंदी दे आगू मौजूद सी जिन्हां दा कहना सी कि नशा जो घर घर पहुँच रहा है उनकी मेन वजह प्रशासन ही है, प्रशासन अगर सख्ती करे तो नशा घर घर नहीं पहुँच सकता, अगर मेडिकल से वेख रहा नशा तो प्रशासन की सहमति ना ही वेख रहा। कैमरामैन रोहित के नाल गुरप्रीत शर्मा, धन्यवाद।